Bajrangi Gomati Nihar Suvas Ke Sangi Kanchan Varan Viraj Suvi Sa Kaanel Kone Ujjata Pavan Kare Dandana Mangal Murati Uruka Ravan Kare Sita Kare Yine Vasuse Mangal Murati Uruka Ravan Kare Sita Kare Yine Vasuse Mangal Murati Uruka ਕਲਵਾਰ ਕੀਤੀ ਗਈ ਸਾਰੇ ਹਿੰਦੂ ਸਮਾਜ ਨਾਲ ਕਲਵਾਰ ਕੀਤੀ ਗਈ ਸਾਡੇ ਗ੍ਰੰਥਾਂ ਨਾਲ ਕਲਵਾਰ ਕੀਤੀ ਗਈ ਸਾਡੇ ਪੁੱਤਰ ਸ਼੍ਰੀ ਰਮਾਇਣ ਨਾਲ ਕਲਵਾਰ ਕੀਤੀ ਗਈ ਉਹਨਾਂ ਨੇ ਅਸੀਂ ਸ਼ੋਰ ਦਿਨ ਰਾਵਣ ਦਾ ਪੁੱਤਰ ਹੁੰਦੇ ਆ ਇਸ ਕਰਕੇ ਰਾਵਣ ਦਾ ਪੁੱਤਰ ਹੁੰਦੇ ਆ ਕਿ ਰਾਵਣ ਨੇ ਮਾਤਾ ਸੀਤਾ ਦਾ ਹਰਨ ਕਰਕੇ ਆਪਣੇ ਪਤੀ ਨੂੰ ਆਪ ਬਣਾ ਦਿੱਤਾ ਸੀ ਪ੍ਰਭੂ ਸ਼੍ਰੀ ਰਾਮ ਨੇ ਹੰਕਾਰੀ ਰਾਵਣ ਦਾ ਸ਼ੇਰ ਅਰਜਨ ਪਤ ਕਰਕੇ ਅਧਰਮ ਤੇ ਕਰਮ ਦੀ ਜਿੱਤ ਕੀਤੀ ਸੀ ਔਰ ਬੁਰਾਈ ਤੇ ਅਛਾਈ ਦੀ ਜਿੱਤ ਕੀਤੀ ਸੀ ਇਸੇ ਕਰਕੇ ਆਪਾਂ ਸ਼ੇਰ ਦਾ ਪਰਬ ਮਨਾਉਂਦੇ ਹਾਂ ਔਰ ਲੋਕਾਂ ਨੂੰ ਸਾਡੇ ਸਮਾਜ ਇਹ ਸੰਦੇਸ਼ ਆਉਂਦਾ ਵਾ ਕਰਮ ਹਮੇਸ਼ਾ ਜਿੱਤਣਾ ਵਾ ਸੱਚ ਹਮੇਸ਼ਾ ਜਿੱਤਣਾ ਵਾ ਝੂਠ ਦਾ ਕੋਈ ਪਿੱਛਾ ਨਹੀਂ ਹੈ ਅਧਰਮ ਦਾ ਕੋਈ ਪਿੱਛਾ ਨਹੀਂ ਹੈ ਔਰ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਦਾਂ ਦੇ ਬੰਦਿਆਂ ਤੇ ਪਰਚਾ ਇੱਦਾਂ ਦਾ ਦਿਓ ਕਿ ਸਾਰੀ ਉਮਰ ਇਹ ਅੰਦਰ ਰਹਿਣ ਔਰ ਰਾਮ ਰਾਮ ਜਪਣ ਅੰਦਰ ਤਾਂ ਇਹਨਾਂ ਦਾ ਪਰਚਾਤਾਪ ਮੰਨਿਆ ਜਾਊਗਾ ਜੈ ਸ਼੍ਰੀ ਰਾਮ ਗੁਰਦੇਵ ਜੀ ਜੈ ਸ਼੍ਰੀ ਰਾਮ ਜੀ ਮੈਂ ਦਿਲਬਰ ਸਿੰਘ ਪੰਜਾਬ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਜੀ ਨਾਲ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਇਕੱਠੇ ਹੋਏ ਆ ਸਾਰੇ ਭਰਾ ਸਾਰੇ ਧਰਮਾਂ ਦੇ ਲੋਕ ਤੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਮਾਨਵਾਲ ਦੇ ਵਿੱਚ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਫੂਕਿਆ ਗਿਆ ਜੋ ਕਿ ਬੜੀ ਨਿੰਦਣੀ ਘਟਨਾ ਹੈ ਜੇਕਰ ਵਾਲਮੀਕੀ ਭਗਵਾਨ ਦੀ ਰਮਾਇਣ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਇਕ ਹੈ ਪ੍ਰਭੂ ਸ਼੍ਰੀ ਰਾਮਚੰਦਰ ਖਲਾਇਕ ਹੈ ਰਾਵਣ ਜੇਕਰ ਅੱਜ ਨਾਇਕ ਨੂੰ ਫੂਕਿਆ ਜਾਣ ਲੱਗਾ ਖਲਾਇਕ ਨੂੰ ਉੱਪਰ ਲਿਆਇਆ ਤੇ ਮਹਾਤਮਾ ਦੱਸਿਆ ਜਾ ਗਿਆ ਤਾਂ ਸਮਾਜ 'ਚ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਕੀ ਹੋਏਗਾ ਉਹ ਗੁਰਬਾਣੀ ਦੇ ਵਿੱਚ ਆਉਂਦਾ ਕਿ ਲੰਕਾਗੜ੍ਹ ਸੋਨੇ ਦਾ ਭਾਇਆ ਮੂਰਖ ਰਾਵਣ ਕਿਆ ਲੈ ਗਿਆ ਇਹ ਮਹਾਤਮਾ ਕਿੱਥੋਂ ਹੋ ਗਿਆ ਇਹ ਵਿਦੇਸ਼ੀ ਚਾਲਾਂ ਨੇ ਸਰਕਾਰਾਂ ਦੇ ਹੱਥ ਨੇ ਪੁਲਿਸ ਦੇ ਹੱਥ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲਗਾਤਾਰ 5 ਸਾਲ ਤੋਂ ਅਸੀਂ ਇੱਕ ਮੰਗ ਪੱਤਰ ਦਿੰਦੇ ਹਾਂ ਪੂਰੇ ਡੀਜੀਪੀ ਸਾਹਿਬ ਨੂੰ ਮਿਲਦੇ ਹਾਂ ਹਾਈਲਾਈਟ ਕਰਦੇ ਹਾਂ ਕਿ ਇਹ ਲੋਕ ਕਹਿੰਦੇ ਆ ਕਿ ਰਾਮਚੰਦਰ ਜੀ ਦਾ ਪੁਤਲਾ ਫੂਕਣਾ ਪ੍ਰਸ਼ਾਸਨ ਦੇ ਕੰਨ ਤੇ ਜੂਣੀ ਰਹਿੰਗੀ ਉਹਨਾਂ ਨੇ ਜਾਣ ਬੁੱਝ ਕੇ ਇਹ ਚੁੱਪੀ ਧਾਰੀ ਰੱਖੀ ਜਦੋਂ ਇਹ ਘਟਨਾ ਹੋ ਗਈ ਪ੍ਰਸ਼ਾਸਨ ਨੇ ਸਿਰਫ ਤੇ ਸਿਰਫ 4 ਬੰਦਿਆਂ ਦੇ ਪਰਚਾ ਕਰਕੇ ਉਹਨੂੰ ਠੰਡੇ ਬਸਤੇ ਦੇ ਵਿੱਚ ਪਾਤਾ ਜਦ ਕਿ ਪੂਰੇ ਭਾਰਤ ਦਾ ਅਪਮਾਨ ਹੈ ਵਾਲਮੀਕਿ ਰਮਾਇਣ ਦਾ ਅਪਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਬੀਰ ਮਹਾਰਾਜ ਕਹਿੰਦੇ ਹਨ ਕਿ ਉਹ ਇਨਸਾਨ ਉਹਨਾਂ ਰਾਵਣ ਹੈ ਉਹ ਮੂਰਖ ਹੈ ਉਸ ਮੂਰਖ ਨੂੰ ਮਹਾਨ ਅਤਮਾ ਤੇ ਮਹਾਨ ਬਣਾਉਣ ਦੇ ਲਈ ਇਹਨਾਂ ਲੋਕਾਂ ਦੀਆਂ ਫੌਜੀਆਂ ਚਾਲਾਂ ਨੇ ਜੋ ਕਿ ਅਸੀਂ ਬਿਲਕੁਲ ਵੀ ਹਰ ਕੇ ਨਹੀਂ ਕਰਾਂਗੇ ਅਸੀਂ ਹਿੰਦੂ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਕਿ ਜਦੋਂ ਵੀ ਕਿਸੇ ਹੋਰ ਧਰਮ ਤੇ ਪਰਚਾ ਹੁੰਦਾ ਤਾਂ 302 ਲੱਗਦੀ ਹੈ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਬੇਅੰਤ ਪੀਰ ਵੀ ਤਾਂ 302 ਲੱਗਦੀ ਹੈ ਕਿ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਉਹ ਪਦ ਨਹੀਂ ਹੈ ਜਦੋਂ ਅਸੀਂ ਮੂਰਤ ਸਥਾਪਨਾ ਕਰਦੇ ਹਾਂ ਮੰਦਿਰ ਦੇ ਵਿੱਚ ਤਾਂ ਉਹਦੀ ਪ੍ਰਾਣ ਪ੍ਰਤਿਸ਼ਠਾ ਕਰਦੇ ਹਾਂ ਉਹ ਜੀਵਤ ਬੰਦੇ ਆ ਤਾਂ 295 ਇਹ ਹੀ ਕਿਉਂ 4 ਜੋਤੀ ਅਰੈਸਟ ਹੋ ਕੇ ਬਸ 17 ਦਿਨ ਹੀ ਹੋਰ ਨਾ ਲਏ ਆ ਉਹ ਬੰਦੇ ਕਿਉਂ ਨਹੀਂ ਅਰੈਸਟ ਕੀਤੇ ਗਏ ਇਹਦੇ ਵਿੱਚ ਪੂਰਾ ਪ੍ਰਸ਼ਾਸਨ ਦੀ ਗਲਤੀ ਆ ਜਦੋਂ ਤੱਕ ਪ੍ਰਸ਼ਾਸਨ ਇੱਥੇ ਪੂਰੀ ਚੰਗੀ ਤਰ੍ਹਾਂ ਐਫਰਟ ਨਹੀਂ ਕਰਦਾ ਸਾਰੇ ਨਹੀਂ ਵਰਦਾ 302 ਨਹੀਂ ਰਹੂਗਾ ਇਸੇ ਤਰ੍ਹਾਂ ਸਾਡਾ ਸੰਘਰਸ਼ ਜਾਰੀ ਰਹੇ